जगतियो जोत सहज सुख शोभा बदी अनहत बनी कहो नानक निजो वर्गियो बंधने वाहिगुरु जी का खालसा वाहिगुरु जी की फतेह। एक ओंकार सतगुरु प्रसाद आज गुरु नम है जुगाद गुरु नम है सतगुरु नम है श्री गुरुदेव नम है
ਸਾਨੂੰ ਸਭ ਮਿੱਤਰ ਸਾਰਾ ਸਾਧ ਦੇ ਸੰਗਤ ਜਪਾ ਮਿੱਤਰ ਸਾਧ ਦੇ ਸੰਗਤ ਲਿਖ ਹੈ ਸਾਧ ਸੰਗਤ ਭਇਆ ਜਕਾਰੀ ਸਾਧ ਸੰਗਤ ਭਈ ਮਾਰੀ ਸਾਧ ਸੰਗਤ ਦੇ ਸਭ ਰੋਗ ਨਾਮ ਸਾਧ ਕੇ ਦੇਸਿੰਦ ਰੋਗ ਸਾਧ ਦੀ ਮਹਿਮਾ ਦੇ ਮਨ ਜਮੀ ਜਤ ਸੰਗਤ ਦੇ ਕਵ ਧਿਆਨ ਹੈ ਸਾਧ ਕੀ ਹੁਕਮਾ ਤੇ ਹੁਕਮ ਤੇ ਤੁਰੂ ਸਾਧ ਦਾ ਨਾਮ ਜਪਣ ਗਿਆਨ ਕਰਨ ਧਿਆਨ ਗ੍ਰਹਿ ਗਿਆਨੀ ਇਹ ਉੱਤੇ ਆ ਕੇ ਸਾਧ ਗਿਆਨ ਕਰ ਨਹੀਂ ਬਣਾਇਆ ਸੇ ਬ੍ਰਹਮ ਗਿਆਨੀ ਕਰ ਗੁਰੂ ਜੀ ਸੁਣਾਇਆ ਕਰਨ ਗਿਆਨੀ ਪਰ ਸਤਿ ਸ਼੍ਰੀ ਅਕਾਲ
ਜੇ ਨਾਲ ਗਿਆਨ ਮੈਨੂੰ ਆਦਿ ਭਾਰਤ ਦੇ ਸਾਡੇ ਸਮੇਂ ਨਹੀਂ ਹੋਇਆ ਤਾਂ ਜਾਂ ਸੰਤਿਓ ਬਾਕੀ ਤੁਰਨਾ ਨਿਕਲਣ ਦਾ ਹੋਰ ਹੈ ਮਨ ਮੂਲ ਤੇ ਕਾਈ ਮਿਲਣਾ ਜੇ ਪਰ ਨਿਕਲ ਜਿੰਨਾ ਭਾਜੇ ਦੂਰ ਚੀਜ਼ ਕਰਕੇ ਇਹਨਾਂ ਰਹਿ ਪਿਆਰ ਨੂੰ ਜਗਤਕਾਰ ਮਾਨ ਪੂਜਾ ਕਰਨੇ ਪਿਆ ਗਾਣੇ ਗਾਉਣ ਕਰਕੇ ਰਾਤੇ ਆਏ ਤੇ ਸਮੇਂ ਲੱਗ ਕੇ ਹੋਰ ਰਾਤ ਨੂੰ ਬੀਤਾਂਗੇ ਰਾਮ ਨਾਮ ਜਪ ਹੈ ਤੇ ਮਾਂ ਨਾਮ ਭਾਜੀ ਤੇ ਕਰ ਜਾਏ ਤੇ ਸੁਬਹ ਜੋ ਆਏ ਦੁਆਰਾ ਅਗਲੇ ਪਿਆ ਰਾਮ ਨਾਮ ਕਰਨ ਕਰ ਪਾਇਆ ਰਾਜੇ ਬਿਮਾਨ ਜਦੋਂ ਮਨ ਮੋਲ ਰਾਮ ਨਾਮ ਹੈ ਤੇ ਮੈਂ ਕੋਈ ਰਾਮ ਦੇ ਸੰਦੇ ਸੰਚਾਲਨ ਕਰਿਆ ਤੇ ਕਰ ਪੰਜਾਬ ਕਾਨੇ ਕਾਨੇ ਕਹਿ ਕੇ ਕੋਈ ਮੁਕਤ ਜਿਹਾ ਪ੍ਰਗਟ ਹੋਇਆ ਬਾਬਾ ਬੰਦਾ ਪੱਥਰ ਨਾਲ ਜਪਾਂ ਦੇ ਕੋਈ ਨਾ ਹੈ ਇਸ ਤਰ੍ਹਾਂ ਨੂੰ ਦੇਵ ਕਰ ਭੇਨ ਇਸੇ ਕੋ ਜਾਏ ਨਾਮ ਜਦ ਸੁਣੇ ਸੋ ਪ੍ਰਸਾਦ ਨੇ ਆਸ਼ ਕਰੀ ਹੈ ਬਨਾਸੀ ਪਰਮਾਨ ਨਾਮ ਜੀ ਧਾਰੇ ਸੁਣ ਨਾਮ ਜੀ ਧਾਰੇ ਸੁਣ ਗਿਆਨ ਧਰਮ ਨਾਮ ਜੀ ਧਾਰੇ ਆਗਾਸ ਦਾ ਤਾਲ ਨਾਮ ਜੀ ਧਾਰੇ ਸਭ ਆਕਾਰ ਨਾਮ ਜੀ ਧਾਰੇ ਪੁਰਾ ਸਭ ਸਭ ਨਾਮ ਜੀ ਧਾਰੇ ਉਦਰ ਸਨ ਸਰਜਨ ਕਰ ਪ੍ਰਸਾਦ ਜੀ ਆਪਣਾ ਨਾਮ ਬਾਰੇ ਨਾਮ ਕਰਦੇ ਪਰਮਾ ਕੋ ਜੰਗਲ ਪਾਈ ਰੂਪ ਸਤ ਜਾਂ ਕਾ ਸਤ ਸਥਾਨ ਕੋ ਪ੍ਰਸਾਦ ਜੀ ਰੂਪ ਪ੍ਰਧਾਨ ਕਰ ਰੂਪ ਸਤ ਹੈਲਥ ਫਰਕ ਪ੍ਰਭਾਵ ਆਇਆ ਪਰ ਸਮਾਂ ਨਾਮ ਜੀ ਪਰ ਬੇਨਤੀ ਆਪਣੇ ਭਗਤੀ ਦਾ ਹੈ
आशुपति जाति को धन जाति प्रदान
ਸੁਣ ਸੁਣ ਅੰਨ ਬਿਚਾਰੀ ਘਰ ਗਾਜੈ ਪ੍ਰਗਟੇ ਗੁਪਾਲ ਮਹਾਤਿ ਨਾਮ ਗੁਰ ਦੇ ਚੰਗੇ ਸਾਥੀ ਸ਼ਰਨ ਜੋਗ ਸੁਣ ਸਨੀ ਆਏ ਕਰਕੇ ਪ੍ਰਭੁ ਰਾਮ ਬਿਟਾਏ ਆਪ ਮਿਲਾਏ ਮਿਟ ਗਏ ਬੈਰ ਭੈ ਸਵੇ ਰਾਮ ਰਾਮ ਸਾਹਿਬ ਸੰਲੈਨ ਸੋ ਪ੍ਰਸੰਨ ਭੈ ਗੁਰਦੇਵ ਪੂਰਨ ਹੋਏ ਸੇਵਕੀ ਸੇਵ ਆਦਿ ਜੰਗਾਲ ਵਿੱਚ ਕਰਦੇ ਰਹਿ ਕੇ ਰਾਮ ਨਾਮ ਸੁਣ ਰਸਨਾ ਕਹਿ ਕੇ ਕਰ ਪ੍ਰਸਾਦ ਪ੍ਰਧਾਰੀ ਨਾਨਕ ਨੇ ਦੇ ਕੇ ਬਿਮਾਰੀ ਦਾ ਜੋਗ ਕਰ ਸਮੀਤ ਸਾਵਧਾਨੇ ਕਰ ਗੀਤ ਸੁਖਮਨੀ ਸਹਿਜ ਗੋਬਿੰਦ ਗੁਰਨਾਮ ਸਿਮਰ ਵਸੈ ਸਰੋਤ ਨਿਧਾਨ ਸਰਵੇਸ਼ ਕਾਮੀ ਪੂਰਨ ਹੋਏ ਪ੍ਰਧਾਨ ਤੁਰਤ ਪ੍ਰਗਟ ਸਰ ਜੋਏ ਸਭ ਤੇ ਬੁਜ ਪਾਏ ਅਸਥਾਨ ਜੋ ਨਾ ਹੋਵੇ ਆਵੇ ਜਾਨ ਹਰਥਨ ਕਰਦੇ ਹੋਏ ਨਾਨਕ ਜਿਸੇ ਪ੍ਰਾਪਤ ਹੋਏ ਤੇ ਮੈਂ ਸਾਥ ਨਵ ਨਿਰਧ ਬੁਧ ਗਿਆਨ ਸਿੱਧ ਵਿਦਿਆ ਕਰ ਜੋ ਕਰ ਧਿਆਨ ਗਿਆਨ ਸ੍ਰਿਸ਼ਟ ਉਤਮੈ ਇਸ਼ਨਾਨ ਚਾਰ ਪਦਾਰਥ ਕਮ ਨਿਪਨ ਦਾਸ ਸਤਿਆ ਮਾਤ ਸਿਮਰਤ ਉਦਾਸ ਸੁੰਦਰ ਕਪਰ ਕਰ ਕਵਿਤਾ ਸੁੰਦਰਸੀ ਏਕ ਦੁਚੇਤਾ ਇਹ ਪਰ ਦਿਸ ਜਨ ਕੈ ਮੁਖ ਭਨੇ ਗੁਰ ਨਾਨਕ ਨਾਮ ਬਚਨ ਮਨ ਸੁਨੇ ਇਹੋ ਨਿਧਾਨ ਜਪੈ ਮਨ ਕੋਈ ਸਭ ਜਗ ਮੈਂ ਗਤ ਹੋਏ ਗੁਣ ਗੋਬਿੰਦ ਨਾਮ ਤਨ ਪਾਣੀ ਸਿਮਰਤ ਸਾਣੀ ਸਗਲ ਮਦਾਤ ਕੇਵਲ ਹਰ ਨਾਮ ਅਪਰਾਧ ਸਾਧ ਸੰਗ ਮੇਟ ਸੰਤ ਕੇ ਪ੍ਰਾਤੇ ਜਮਤੇ ਸ਼ੋਤ ਨਾ ਕੇ ਮਤ ਕਰਮ ਪ੍ਰਭ ਪਾਈ ਸਾਧ ਸਰਨ ਨਾਨਕ ਤੇ ਆਈ ਜਿਸ ਮਨ ਵਸੈ ਸੁਨੈ ਲਾਏ ਪ੍ਰੀਤ ਜਨ ਆਵੇ ਹਰ ਪ੍ਰਵਚੀਤ ਜਨਮ ਮਰਨ ਤਾਂ ਕਾ ਦੁਖ ਨਿਵਾਰ ਬੁਲਵ ਦੇ ਤੇ ਕਾਲ ਉਦਾਰ ਨਿਰਮਲ ਸੋਭਾਏ ਅੰਮ੍ਰਿਤ ਤਾਂ ਕੀ ਬਾਣੀ ਏਕ ਨਾਮ ਮਨ ਮਹਿ ਸਮਾਨੀ ਲੋਕ ਲੋਗ ਬਿਨ ਸੇ ਪਰਮ ਸਾਧ ਨਾਮ ਨਿਰਮਲ ਤਾਂ ਕੀ ਕਰਮ ਸਭ ਤੇ ਉੱਚ ਤਾਂ ਕੀ ਸੁਭਾਵਾਨੀ ਨਾਨਕ ਇਹ ਗੁਣ ਨਾਮ ਸੁਖਮਨੀ ਸਭ ਤੇ ਉੱਚ ਤਾਂ ਕੀ ਸੁਭਾਵਨੀ ਨਾਨਕ ਨਾਮ ਨਾਨਕ ਇਹ ਗੁਣ ਨਾਮ ਸੁਖਮਨੀ ਨਾਨਕ ਇਹ ਗੁਣ ਨਾਮ ਸੁਖਮਨੀ ਵਾਹਿਗੁਰੂ ਜੀ ਕਾ ਖਾਲਸਾ ਸਿਮਰਿਆ ਕਰਨ ਦਿਆਵੇ ਧਾਏ ਸਭ ਥਾਈਂ ਵਿਸ਼ਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਵਿਸ਼ਾਏ ਦਸਾਂ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾੜੂ ਮੂਰਤਿਆਂ ਹੱਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਦੇਗ ਵੱਜ ਦੇਖ ਕੇ ਅੰਗਟ ਕੀਤਾ ਇਹਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਵੱਲੋਂ ਜੀ ਸਮੱਸਿਆ ਨਾਲ ਨਿਭਾਈ ਕਿਨਾਂ ਪੁਲਾਤੀਆਂ ਅਤੇ ਵਰਤਮਾਨ ਸੁਣੇਗੀ ਸਲਵਾਕ ਸ਼ਹੀਦਾਂ ਦੀ ਕਮਾਈ ਦਾ ਧਿਆਨ ਕਰਕੇ ਵੱਲੋਂ ਜੀ ਪੰਜਾਂ ਕਵਿਤਾ ਸਲਵਤ ਮੰਦਵਾਲਨ ਦਾ ਧਿਆਨ ਕਰਕੇ ਵੱਲੋਂ ਜੀ ਰਤਨੇ ਸਲਵਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਲਵਤ ਖਾਲਸਾ ਜੀ ਕੋ ਵਾਹਿਗੁਰੂ 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 ਹੋਵੇ Thank you.
हर संत चले हर नली जिन हर जपिया से हर हुए हर मिलिया किल के लाली हर हर जपन जप लोच लुचानी हर कृपा कर बनवली जनानक संगत साध हर मिलो हम साध जना पगराली हर हर जपन जप लोच लुचानी हर कृपा कर बनवली जन नानक संगत साध हर मिलो हम साध जना पगराली वाहे गुरु जी का खालसा वाहे गुरु जी की फतेह साहबा जी गोद विच बैठन दा सुभाग भरिया समा प्राप्त होया है सतगुरां दी अपार बख्शिश द्वारा सेवक परिवार ने सतगुरां दे चरण परसे हन सतगुरां दा शुकराना धन्नवाद करन वास्ते सेवक परिवार ने सतगुरां दे चरण परसे हन श्री सुखनी साहिब जी दे पाठ उपरंत अरदास अरदास तो उपरंत सतगुरां ने पावन अमृत वाक बख्शी कीता है जो आप जी ने यह पावन शब्द हुकमनामे दे रूप विच सरन कीता है धनासरी राग दे अंदर चौथे पातशाह गुरु रामदास महाराज जिया की महान पवित्र रचना तो उच्चारण किया हुआ है पावन शब्द जो आप जी ने हुक्मनामे के रूप विसरण किया है गुरु ग्रंथ साहब जी का अंग 667-668 उत्ते पावन शब्द स्वाभिमान है जी। इस पावन शब्द राही सतगुरु जी उस प्रभु परमात्मा के चरणों के अरदास सोझी बख्शी करते हैं कि उस प्रभु परमात्मा के चरणों के अरदास किस तरह करनी है। हम असी अंधले अन्ने ये वाहेगुरु परमात्मा से असी आत्मक जीवन के ज्ञान तो अन्ने हाँ अंध बिख बिखराते असी माया के पदार्थों के गुलतान होए पे हाँ क्यों चल है गुरचाली असी तेरी दसी हुई कार उत्ते तेरी दसी हुई सेवा उत्ते आत्मक जीवन उत्ते किस तरह चल सकते हाँ। ये सतगुर दया करे सुखदाता हम लाव आपन पाली पाली कहते हैं पले नो ये वाहेगुरु परमात्मा जी आप जी कृपा दे नाल ये सतगुरु कितने रहमत कर दे वे सारे सुखों का दाता सर्व सुखों का दाता सतगुर तां की शरणी पाई है सारे सुखों के देन वाला दाता गुरु है। जे गुरु कितने दयावान हो जावे मनुख दे उते हम लाव आपन पाली सानू दया करके अपने पल्ले दे नाल ला लावे जिस तरह ग्वारीवाल दे किले दे विच गुरु हरगोबिंद सिंह महाराज जी गुरु हरगोबिंद साहब जी ने छेवें पातशाह ने ग्वारीवाल दे किले दे विच 52 राजियां नूं अपने चोले दियां 52 कलियां फड़ा करके उस जेल दे विचों बाहर कीता सी आगरे दी जेल विचों ग्वारीवाल दे किले दे विचों रिहा करवाया सी। इसे तरह सतगुरु जी कितने दयावान हो जाण सारे सुखों के सतगुरु जी खजाने हैं जे मेहरबान हो जाण सानू असी अपना पला दे करके इस भव जल संसार के मोह के पदार्थों के चिकड़ के सतगुरु जी सानू कढ़ना करो। गुरसिख मीत चलो गुरचाली ये गुरसिख मित्र गुरु रामदास महाराज जी कहते हैं गुरसिख मीत चलो गुरचाली ये गुरु के सिख मित्र गुरु की दसी हुई चाल तो अर्थ है गुरु की सिक्ख्या गुरु की दसी हुई मर्यादा उत्ते चलना कर गुरु की सेवा कुमाव जो गुरु कहे सोई भल मानो हर हर कथा निराली जो गुरु कहता है उन्होंने भली करके मन लै अपने हिरदे दे विच हरी परमात्मा की जिहड़ी कथा है भाव उहदे कौंतक हन वह निराले हन वह अचरज हन हैरान करन वाले हन। गुरसिखी सेवक परिवारां दीआं संतुष्ट हो के अरदासां जोड़ियां प्रवान कीतियां हन आने वाले समय विच वी सतगुरु जी संतुष्ट हो करके अरदासां जोड़ियां प्रवान करन जो मांगे ठाकुर अपने ते सोई सोई देवै
ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਕੂਹਾ ਸੱਚ ਹੋਵੇ। ਸਾਚੇ ਸਾਹਿਬ ਕਿਆ ਨਾਹੀਂ ਘਰ ਤੇਰੇ, ਘਰ ਤਾਂ ਤੇਰੇ ਸਭ ਕਿਛ ਹੈ। ਜਿਸ ਦੇਹ ਸੋ ਪਾਵੇ ਦੇ ਮਹਾਂ ਵਾਕ ਅਨੁਸਾਰ ਸੇਵਕ ਪਰਿਵਾਰਾਂ ਦੀਆਂ ਦਸਰਿਆਂ ਦੀਆਂ ਸਭ ਸੰਗਤਾਂ ਦੀਆਂ ਖੁਸ਼ੀਆਂ ਦੇ ਨਾਲ ਸਤਿਗੁਰੂ ਜੀ ਝੋਲੀਆਂ ਭਰਨੀਆਂ। ਇੱਥੇ ਸਾਰੀ ਸੇਵਾ ਸਮਾਪਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸਤਨਾਮ ਵਾਹਿਗੁਰੂ।